ਆ ਕੁੜੀ ਆ ਵਾ ਬਾਦਲ ਦਾ ਛੋਕਰਾ, ਵਿੱਚੇ ਬਾਦਲ ਵਿੱਚੇ ਏਰੀਏ ਨੂੰ ਜਾਂਦੀ ਆ ਮੋਦੀ ਦੀ। ਮੋਦੀ ਨੇ ਸਜ਼ਾ ਦੇ ਦਿੱਤੀ 84 ਵਾਲਿਆਂ ਨੂੰ, ਭੈਣ ਆਪਣੀ ਹੱਥੇ ਰਿਆ ਤਾਂ ਸਜ਼ਾ ਦੇ ਦਿੱਤੀ ਆ। ਕਹਿੰਦੇ ਹੁਣ ਤਰੀਕ ਵੱਧ ਆ ਜਾ ਪਾ, ਤੂੰ ਕਹਿੰਦਾ 10 ਦਿਨ ਪਾਦੀ ਆ ਕਹਿਣ ਦੇ ਤੁਸੀਂ ਤੁਹਾਡੇ ਸੁਣਿਆ ਨਹੀਂ ਹੁਣ ਤੁਸੀਂ ਨਹੀਂ ਨਹੀਂ 10 ਦਿਨ ਤਰੀਕ ਅੱਗੇ ਕਰ ਰਹੇ ਆ 3 ਤਰੀਕ ਉਹਨਾਂ ਨੇ ਅੱਛਾ ਜੇ ਇੱਕ ਨੂੰ ਕਰ ਲੈ ਚੱਲ ਇੱਥੇ ਇੱਕ ਜਗ੍ਹਾ ਟਿਕ ਯਾਰ ਇਹਨੂੰ ਕਰ ਲੈ ਗੰਨੇ ਵੱਲ ਨੂੰ ਇੱਥੇ ਕਰ ਜਾ ਯਾਰ। ਜੇ ਟਰੈਲੀ ਇੱਕ ਦਿਨ ਅੜ ਜਾਏ ਉਹ ਮੰਨ ਲਓ 2 ਤਰੀਕ ਨੂੰ ਟਰੈਲੀ ਆਉਣੀ ਆ ਗੰਨਿਆਂ ਦੀ ਤੇ 2 ਤਰੀਕ ਨੂੰ ਖੇਤ ਦੇ ਵਿੱਚ ਖੁੱਭ ਜਾਏ, ਇੱਕ ਜਾਂ 2 ਦਿਨ ਟਰੈਲੀ ਖੁੱਭੀ ਨੂੰ ਲੱਗ ਜਾਂਦਾ ਕਿ ਨਹੀਂ ਲੱਗ ਜਾਂਦਾ। ਤਰੀਕ ਇੱਕ ਜਾਂ 2 ਦਿਨ ਚਾਹੀਦੀ ਆ, ਇਹ ਨਹੀਂ 10 ਦਿਨ ਤੇ ਯਾਰ ਖੇਤ 'ਚ ਟਰਾਲੀ ਖੁੱਭ ਗਈ ਉਹਦੀ ਤਰੀਕ ਬਦਲਾਉਣੀ ਹੋਈ। ਕਹਿੰਦੇ ਹੁਣ ਅੱਜ ਇੱਕ ਨਵੀਂ ਗੱਲ ਆ ਗਈ ਆ ਵੀ ਉਹ 10 ਦਿਨ ਤਰੀਕ ਲੇਟ ਕਰਦੇ ਆ, ਫਿਰ 10 ਦਿਨ ਦੇ ਵਿੱਚ ਜਿਹੜਾ ਗੰਨਾ ਸੁੱਕ ਗਿਆ ਉਹਦਾ ਜ਼ਿੰਮੇਵਾਰ ਕੌਣ ਆ? 10-10 12-12 ਟਰੈਕਟਰ ਲਾ ਕੇ ਟਰਾਲੀਆਂ ਕੱਢਦੇ ਆ, ਉਹਦਾ ਕੀ ਹੱਲ ਆ ਫਿਰ? ਹੁਣ ਜੇ ਗੰਨੇ ਦਾ ਕਹਿੰਦੇ ਵੀ ਬਕਾਇਆ, ਹਾਲੇ ਤਾਂ ਬਕਾਇਆ ਨਹੀਂ ਮਿਲਿਆ, ਹੁਣ ਸਾਲੇ ਦੇਣਗੇ ਤਾਂ ਸਹੀ, ਆ ਲੈ ਵੀਡੀਓ ਚੱਲਦੀ ਆ, ਹੁਣ ਬਕਾਇਆ ਤਾਂ ਸਾਲੇ ਦੇ ਦੇਣਗੇ, ਇਹ ਬਕਾਇਆ ਕਿਹੜਾ ਦੇਣਗੇ ਜਿਹੜਾ ਸਾਡਾ ਨਵਾਂ ਗੰਨਾ ਲਿਆ? ਹੁਣ ਜੇ ਪਿਛਲੀ ਵਾਰ ਵੀ 310 ਲੈਂਦੇ ਸੀਗੇ ਐਰਕੀ 310 ਆ, ਜਿਹੜੇ 25 ਰੁਪਈਏ ਗੌਰਮੈਂਟ ਨੇ ਇਹਨਾਂ ਨੂੰ ਦਿੱਤੇ ਆ, ਮਿੱਲਾਂ ਵਾਲਿਆਂ ਲਈ ਮਹਿੰਗਾਈ ਵਧੀ ਆ, ਕਿਸਾਨਾਂ ਵਾਲੀ ਨਹੀਂ ਵਧੀ। ਤੇਲ ਵਧਿਆ, ਢੇਰ ਵਧਿਆ, ਟਾਇਰ ਵਧਿਆ, ਰੱਸਿਆਂ ਦੇ ਰੇਟ ਵੱਧ ਗਏ, ਇਹ ਰੂਸਾਂ ਦਾ ਖਰਚਾ ਅੱਧਾ ਇੱਥੋਂ ਹੀ ਕਰਾਉਣਾ ਕਿਸਾਨਾਂ ਤੋਂ। ਉਹ ਹਰਾਮ ਦਾ ਪ੍ਰਧਾਨ ਮੰਤਰੀ ਆ, ਜੰਮ ਕੇ ਸਿੱਟ ਦਿੱਤਾ ਕੁੜੀ ਆ ਵਾ ਗੁਰਦਾਸਪੁਰ ਚ, ਸਾਰੀ ਫੋਰਸ ਲਾਈ। ਕੱਲ ਮੈਂ DC SSP ਦੇ ਹੁਸ਼ਿਆਰਪੁਰ ਗਿਆ, ਆ ਬਿੱਲ ਵਾਲਿਆਂ ਦਾ ਜਿਹੜਾ ਕੇਸ ਚੱਲਦਾ ਸੀਗਾ ਉਹਦੀ ਤਰੀਕ ਸੀ ਜੱਜ ਕੋਲ, ਜੱਜਾਂ ਚ ਵੀ ਜਾਣ ਹੈ ਨੀ, ਅਦਾਲਤਾਂ ਚ ਵੀ ਜਾਣ ਹੈ ਨੀ। ਹਰਾਮ ਦੇ ਜੰਮ ਜੰਮ ਕੇ ਜਿਹੜੇ ਇੰਡੀਆ ਛੱਡਤੇ ਆ, ਇਹਨਾਂ ਦੇ DNA ਟੈਸਟ ਕਰਾਓ। ਹੁਣ ਮਿੱਲਾਂ ਵਾਲਿਆਂ ਦੇ ਵਿੱਚ ਤੇ ਇਹੋ ਕਿਸਾਨਾਂ ਦੇ ਵਿੱਚ ਮੋਦੀ ਕਹਿੰਦਾ ਪ੍ਰਧਾਨ ਮੰਤਰੀ ਮੈਂ ਸਮਝੌਤਾ ਕਰਾਤਾ, ਸਮਝੌਤਾ ਭੈਣ ਆਪਣੀ ਦਾ ਸਿਰ ਕਰਾਇਆ ਸਾਲਿਆ, ਮਿੱਲਾਂ ਕਾਹਦੀਆਂ ਚੱਲੀਆਂ? ਹੁਣ ਮੈਂ ਖੁਦ ਕਿਸਾਨ ਆ, 7 ਕਿੱਲੇ ਆ ਮੇਰੇ ਤੋਂ ਗੰਨਾ ਜਿਹੜਾ ਆਪਣਾ ਖਰਚੇ ਬਾਰ ਚਲੀ, ਹੋਰ ਵੀ ਰਿਸ਼ਤੇਦਾਰਾਂ ਹੈਗੇ, 7 ਕਿੱਲੇ ਦਾ ਤਾਂ ਖਰਚਾ ਵੀ ਤੂੰ ਤੇਲ ਫੂਕ ਲਾ, ਇਹਤੋਂ ਤਾਂ 7 ਕਿੱਲੇ ਦਾ ਖਰਚਾ ਹੈਗਾ, 15-20 ਹਜ਼ਾਰ ਘਰ ਦੇ ਦਿੰਦੇ, ਬਾਕੀ ਰਿਸ਼ਤੇਦਾਰਾਂ ਦਿੰਦੇ ਆ ਵੀ ਤੂੰ ਚੱਲ ਕੋਈ ਦੇਸ਼ ਦਾ ਕੌਮ ਦਾ ਸਮਾਜ ਦਾ ਕੰਮ ਕਰਦਾ ਕਰੀ ਚੱਲ। 13 ਸਾਲਿਆ ਖਰਚਾ ਕਿੱਥੋਂ ਆਉਂਦਾ ਜਹਾਜ਼ਾਂ ਦਾ? ਆ ਕਿੱਥੋਂ ਗੱਡੀਆਂ ਦਾ ਆਉਂਦਾ? ਆ ਕੁੜੀ ਆ ਵਾ ਬਾਦਲ ਦਾ ਛੋਕਰਾ, ਵਿੱਚੇ ਬਾਦਲ ਵਿੱਚੇ ਏਰੀਏ ਨੂੰ ਜਾਂਦੀ ਆ ਮੋਦੀ ਦੀ। ਮੋਦੀ ਨੇ ਸਜ਼ਾ ਦੇ ਦਿੱਤੀ 84 ਵਾਲਿਆਂ ਨੂੰ, ਭੈਣ ਆਪਣੀ ਹੱਥੇ ਰਿਆ ਤਾਂ ਸਜ਼ਾ ਦੇ ਦਿੱਤੀ ਆ। ਆ ਕਿਸਾਨਾਂ ਨੂੰ ਜਿਹੜੀ ਸਜ਼ਾ ਮਿਲੀ ਆ, ਪਹਿਲਾਂ ਠੰਡੀਆਂ ਰਾਤਾਂ ਸਿਖਰ ਦੁਪਹਿਰਾ, ਹੁਣ ਸਜ਼ਾਵਾਂ ਆ, ਆਹ ਸਾਰੀਆਂ ਸਜ਼ਾਵਾਂ ਕਿਹਨੇ ਖਤਮ ਕਰੀਆਂ? ਜਿਹੜਾ ਕਹਿੰਦਾ ਮਿੱਲਾਂ ਵਾਲਿਆਂ ਦੇ ਵਿੱਚ ਤਾਂ ਮੈਂ ਸਮਝੌਤਾ ਕਰਾਤਾ, ਉਦਾਂ ਮਿੱਲਾਂ ਵਾਲਿਆਂ ਤੋਂ ਤੂੰ ਲੈਂਦਾ ਪੈਸੇ, ਕਿਸਾਨਾਂ ਤੋਂ ਲੈਂਦਾ ਵੋਟਾਂ, ਆਪਾਂ ਹੁਣ ਇੱਥੇ ਗੁਰਦਾਸਪੁਰ ਚ ਆ ਗਏ ਆ, ਇਹ ਮਸਲਾ ਕਿਹਨੇ ਹੱਲ ਕਰਨਾ? ਸਾਡੇ ਲਈ ਤਾਂ ਅੱਜ ਵੀ ਨਹੀਂ ਮਿੱਲਾਂ ਚੱਲੀਆਂ, ਇਹ ਮੁੱਖ ਮੰਤਰੀ ਅਮਰਿੰਦਰ ਦੱਸੇ ਤੇ ਪ੍ਰਧਾਨ ਮੰਤਰੀ ਦੱਸੇ, ਪੈਸਾ ਨਹੀਂ ਆਇਆ ਇਹ ਸਾਡੀ ਆਹੋ, ਪੈਸੇ ਤਾਂ ਕੀ ਆਉਣੇ ਹਲੇ, ਗੰਨਾ ਖੇਤ ਚੂਹੇ ਖਾ ਗਏ, ਆ ਮਿੱਲਾਂ ਵਾਲੇ ਚੂਹੇ ਚੰਗੇ ਆ, ਜਿਹੜੇ ਗੰਨੇ ਨੂੰ 38 ਨੂੰ ਚੂਹਾ ਵੀ ਨਹੀਂ ਖਾਂਦਾ ਉਹ ਲਾਪਾ ਖਾਣ, ਵੀ ਕਿਸਾਨਾਂ ਨੂੰ ਕਹੀਏ ਤੁਹਾਡਾ ਚੂਹਾ ਖਾਂਦੇ ਆ ਆਪਾਂ ਗੰਨਾ ਖਮਕਾਉਂਦੇ ਆ, ਉਹ ਤੁਹਾਨੂੰ ਰੂਟਾਵੀਟਰ ਨਾਲ ਚਲਾਉਣਾ ਪਊਗਾ, ਕਣਕ ਬੀਜ ਲਓ, ਉਹ ਕਣਕ ਨਹੀਂ ਬੀਜੀ, ਮੁੜ ਕੇ ਅਮਰੀਕਾ ਤੋਂ ਲਿਆਉਣੀ ਕਣਕ ਖਾਣ ਨੂੰ, ਕਿੱਥੋਂ ਲਿਆਉਣੀ ਆ? ਕਿਹੜੀ ਸਮੱਸਿਆ ਹੱਲ ਕਰਦੇ ਆ? ਲੋਕਾਂ ਨੂੰ ਆਇਆ ਕਿਤੇ ਕੋਈ ਰੈਲੀਆਂ, ਕਿਤੇ ਕੋਈ ਰੈਲੀਆਂ, ਕਿਹੜੇ ਸਦੀ 'ਚ ਤੁਰੇ ਫਿਰਦੇ ਆ ਸਾਰੇ? ਉਹ ਰੈਲੀ ਹੋ ਗਈ ਆ ਪ੍ਰਧਾਨ ਮੰਤਰੀ।